ਦੱਖਣੀ ਅਮਰੀਕਾ ਦੇ ਉੱਤਰ ਤੱਟ ਤੇ ਸਥਿਤ ਵੈਨਜ਼ੂਏਲਾ ਦੇ ਪ੍ਰਸਿੱਧ ਨੇਤਾ ਸਾਈਮਨ ਬੋਲਿਵੀਰ ਦਾ ਜਨਮ 24 ਜੁਲਾਈ 1783 ਚ ਕਰਾਕਸ ਸ਼ਹਿਰ ਚ ਹੋਇਆ। ਸਾਈਮਨ ਬੋਲਿਵੀਰ ਨੇ ਵੈਨਜ਼ੂਏਲਾ, ਪਨਾਮਾ, ਇਕੁਇਡੋਰ, ਪੇਰੂ, ਬੋਲੀਵੀਆ ਤੇ ਕੋਲੰਬੀਆ ਨੂੰ ਸਪੈਨਿਸ਼ ਸਮਰਾਜ ਤੋਂ ਆਜ਼ਾਦ ਕਰਵਾਇਆ ਸੀ। ਦੱਖਣੀ ਅਮਰੀਕਾ ਦੇ ਮਹਾਂਦੀਪ ਦੇ ਦੇਸ਼ ਬੋਲੀਵੀਆ ਦਾ ਨਾਂ ਸਾਈਮਨ ਬੋਲਿਵੀਰ ਦੇ ਨਾਂ ਤੇ ਹੀ ਰੱਖਿਆ ਗਿਆ ਹੈ। ਅੱਜ ਦੇ ਹੀ ਦਿਨ 1937 ਚ ਭਾਰਤੀ ਫਿਲਮੀ ਦੁਨੀਆ ਦੇ ਮਸ਼ਹੂਰ ਅਭਿਨੇਤਾ, ਨਿਰਮਾਤਾ ਅਤੇ ਨਿਰਦੇਸ਼ਕ ਮਨੋਜ ਕੁਮਾਰ ਦਾ ਜਨਮ ਪਾਕਿਸਤਾਨ ਦੇ ਐਬਟਾਬਾਦ ਸ਼ਹਿਰ ਚ ਹੋਇਆ ਸੀ। ਮਨੋਜ ਕੁਮਾਰ ਨੂੰ ਦੇਸ਼ ਭਗਤੀ ਫਿਲਮਾਂ ਦਾ ਸਰਤਾਜ ਵੀ ਮੰਨਿਆ ਜਾਂਦਾ ਹੈ। ਅੱਜ 1974 ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਰਿਚਰਡ ਨਿਕਸਨ ਨੂੰ ਆਦੇਸ਼ ਦਿੱਤਾ ਕਿ ਉਹ ਵਾਟਰਗੇਟ ਸਕੈਂਡਲ ਨਾਲ ਜੁੜੇ ਸਾਰੇ ਟੇਪਸ ਜਾਂਚ ਏਜੰਸੀਆਂ ਨੂੰ ਸੌਂਪ ਦੇਣ। ਵਿਸ਼ੇਸ਼ ਸਰਕਾਰੀ ਵਕੀਲ ਨੇ ਦੋਸ਼ ਲਗਾਇਆ ਸੀ ਕਿ ਇਹਨਾਂ ਟੇਪਾਂ 'ਚ ਇਹ ਸਬੂਤ ਮੌਜੂਦ ਹੈ ਕਿ ਰਾਸ਼ਟਰਪਤੀ ਨਿਕਸਨ ਖੁਦ ਵਾਟਰਗੇਟ ਕੇਸ ਨੂੰ ਦਬਾਉਣ 'ਚ ਸ਼ਾਮਲ ਸਨ। ਅੱਜ ਦੇ ਹੀ ਦਿਨ 1991 ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸੰਸਦ 'ਚ ਬਜਟ ਪੇਸ਼ ਕੀਤਾ, ਜਿਸ ਨੇ ਭਾਰਤ ਲਈ ਆਰਥਿਕ ਉਦਾਰੀਕਰਨ ਦਾ ਰਸਤਾ ਖੋਲ੍ਹਿਆ। ਪ੍ਰਸਤਾਵ ਨੇ ਵਿਦੇਸ਼ੀ ਵਪਾਰ ਉਦਾਰੀਕਰਨ, ਟੈਕਸ ਉਧਾਰ ਅਤੇ ਵਿਦੇਸ਼ੀ ਨਿਵੇਸ਼ ਦਾ ਰਾਹ ਖੋਲ੍ਹਿਆ। ਮਨਮੋਹਨ ਸਿੰਘ ਨੂੰ ਭਾਰਤੀ ਅਰਥ ਵਿਵਸਥਾ ਦੇ ਉਦਾਰੀਕਰਨ ਦਾ ਪਿਤਾ ਵੀ ਮੰਨਿਆ ਜਾਂਦਾ ਹੈ।